ਜੀ ਸਾਡਾ। ਕਈ ਬਜ਼ੁਰਗ ਚਾਹ ਨਾ ਦੱਸਣਗੇ, ਮੈਨੂੰ 50 ਸਾਲ ਹੋ ਗਏ ਜੀ ਗੁਰਦੁਆਰੇ ਆਉਂਦੇ ਨੂੰ। ਚੰਗੀ ਗੱਲ ਆ ਬਾਪੂ, ਇਹਦਾ ਮਤਲਬ ਤੇਰਾ ਪਿਆਰ ਹੈ ਗੁਰੂ ਨਾਲ, ਤਾਂਹੀਓ ਆਉਣਾ ਤੂੰ, ਚੰਗੀ ਗੱਲ ਆਉਣਾ ਚਾਹੀਦਾ। ਹਾਂ ਭਾਈ, ਹਨੇਰਾ ਮੀਂਹ ਹੋਵੇ, ਹਨੇਰੀ ਹੋਵੇ, ਅਸੀਂ ਤਾਂ ਜੇ ਰਿਸ਼ਤੇਦਾਰੀ 'ਚ ਵੀ ਗਏ ਹੋਈਏ ਨਾ, ਰਿਸ਼ਤੇਦਾਰਾਂ ਨੂੰ ਵੀ ਕਹਿ ਦਿੰਦੇ ਹਾਂ ਵੀ ਭਾਈ ਅਸੀਂ ਚਾਹ ਤਾਂ ਘਰੇ ਆ ਕੇ ਫੇਰ ਪੀਵਾਂਗੇ, ਪਹਿਲਾਂ ਗੁਰਦੁਆਰਾ ਦੱਸ, ਮੈਂ ਤਾਂ ਤੜਕੇ ਉੱਠ ਕੇ ਮੱਥਾ ਟੇਕ ਕੇ ਆਊਂ। ਚੰਗੀ ਗੱਲ ਹੈ ਬਾਪੂ, ਤੇਰਾ ਗੁਰੂ ਨੂੰ ਪਿਆਰ ਹੈ, ਗੁਰੂ ਨੂੰ ਪਿਆਰ ਕਰਦਾ ਤਾਂ ਹੀ ਗੁਰਦੁਆਰੇ ਆਉਣਾ। ਪਰ ਤੈਨੂੰ 50 ਸਾਲ ਹੋ ਗਏ ਗੁਰਦੁਆਰੇ ਆਉਂਦੇ ਨੂੰ, ਮਾਂ ਮੇਰੀ ਗਏ 50 ਸਾਲ ਹੋ ਗਏ ਬਾਪੂ ਤੈਨੂੰ ਗੁਰਦੁਆਰੇ ਆਉਂਦੇ ਨੂੰ। ਹੁਣ 50 ਸਾਲ ਜਿਹੜਾ ਗੁਰਦੁਆਰੇ ਆ ਰਿਹਾ, 30 ਸਾਲ ਤੋਂ ਗੁਰਦੁਆਰੇ ਆ ਰਿਹਾ ਮੇਰਾ ਬਾਪੂ, ਮੇਰੀ ਬੇਬੇ, ਉਹਨੂੰ ਪੁੱਛਗੇ ਬਾਪੂ 10 ਗੁਰੂਆਂ ਦੇ ਨਾਂ ਦੱਸ ਕੀ ਹੈ, ਉਹ ਫਿਰ ਨੀਵੀਂ ਜੀ ਪਾ ਕੇ ਹੱਸਣ ਲੱਗ ਜਾਂਦਾ, ਕਹਿੰਦਾ 10 ਗੁਰੂਆਂ ਦੇ ਨਾਂ ਤਾਂ ਯਾਦ ਨਹੀਂ, ਵੀ ਫਿਰ ਗੁਰਦੁਆਰੇ ਇਕੱਲੇ ਪਤਾਸੇ ਲੈਣ ਹੀ ਆਉਣਾ ਤੂੰ, ਇਹ ਤਾਂ ਘਰੇ ਲਿਆ ਕੇ ਰੱਖ ਲਾ ਦੁਕਾਨ ਤੋਂ, 5 ਕਿਲੋ ਤੜਕੇ ਉੱਠ ਕੇ ਖਾ ਲਿਆ ਕਰ ਚਾਹ ਨਾ, ਵੀ ਲੈਣ ਅੱਜ ਤੇਰੀ ਪ੍ਰਾਪਤੀ ਕੀ ਆ 30 ਸਾਲਾਂ 'ਚ, ਤੈਨੂੰ 10 ਗੁਰੂਆਂ ਦੇ ਨਾਂ ਨਹੀਂ ਸਿੱਖਿਆ, ਇੱਥੇ ਆ ਕੇ ਚਾਹੇ ਗ੍ਰੰਥੀ 'ਤੇ ਰੋਹ ਮਾਰ ਕੇ ਮੁੜ ਜਾਂਦੇ ਆ, ਉਹ ਬਾਬੇ ਰੁਮਾਲਾ ਪੁੱਠਾ ਹੋਇਆ ਪਿਆ ਵੀ ਤੂੰ ਸਿੱਧਾ ਕਰਦੇ, ਤੇਰੇ ਕੀ ਹੱਥ ਨਹੀਂ ਹੈਗੇ, ਆਹ ਐਂ ਕਰਨ ਵਾਲਾ, ਆਹ ਲਾਈਟ ਜਗੀ ਜਾਂਦੀ ਹੈ, ਆਹ ਬਲਮ ਜਗੀ ਜਾਂਦੀ, ਤੁਸੀਂ ਬੁਝਾ ਦਿਓ, ਦੱਸ ਇਹ ਗ੍ਰੰਥੀ ਬਲਮ ਬੁਝਾਉਣ ਖਾਤਰ ਰੱਖਿਆ ਹੋਇਆ, ਇਹੋ ਜਿਹਾ ਕੰਮ, ਇਹ ਹਾਲ ਆ ਜੀ ਸਾਡੇ ਲੋਕਾਂ ਦਾ। ਖਿਮਾ ਕਰੋ, ਮੈਨੂੰ ਇਹ ਐਂ ਜੇ ਝਾਕ ਨਹੀਂ ਹੁੰਦੀ ਵੀ ਕੋਈ ਮੈਥੋਂ ਮਿੱਠੀਆਂ ਮੁੱਠੀਆਂ ਇਹਦਾ ਸੁਣਾਈਆਂ ਨਹੀਂ, ਆਪਣਾ ਬਾਬੇ ਵਾਲਾ ਕੰਮ ਤਾਂ ਹੈ ਨਹੀਂ, ਆਪਾਂ ਤਾਂ ਸਿੱਧੀ ਹੱਡ ਤੇ ਮਾਰ ਕੇ ਜਾਣੀ, ਤੇ ਦੂਜੀ ਵਾਰ ਆਪਾਂ ਨੂੰ ਸੱਦੇ ਨਾ ਸੱਦੇ, ਆਪਾਂ ਤਾਂ ਫਤਿਹ ਬੁਲਾ ਕੇ ਜਾਣੇ ਨਾ, ਪਹਿਲੀ ਵਾਰੀ ਵੀ ਇਸ ਵਾਰ ਬਹੁਤ ਹੋ ਗਿਆ, ਅਗਲੀ ਵਾਰ ਫਿਰ ਦੇਖਾਂਗੇ। ਆਹ ਹਾਲ ਆ ਜੀ ਸਾਡਾ, ਅਸੀਂ ਸਿੱਖਿਆ ਕੀ ਹੈ, ਸਾਨੂੰ ਪ੍ਰਾਪਤੀ ਕੀ ਹੈ, ਅਸੀਂ 30 ਉਹ ਮੁੰਡੇ ਐਂ ਹੋ ਗਏ ਵੀ ਮੁੰਡੇ ਤਾਂ ਸੁਧਰ ਜਾਣਗੇ, ਚੱਲ ਮੁੰਡੇ ਤਾਂ ਹੁਣ ਇਹਨੂੰ ਤਾਂ ਪਿਆਰ ਨਾਲ ਸਮਝਾ ਲਾਂਗੇ ਵੀ ਦੱਸ ਦਾਂਗੇ ਵੀ ਨਹੀਂ ਨੌਜਵਾਨ ਵੀਰੋ ਐਂ ਨਹੀਂ ਐਂ ਹੁੰਦਾ ਵੀ, ਚੱਲ ਇਹ ਹੁਣ ਜਿਹੜਾ ਚਿੱਟੀ ਦਾੜੀ ਵਾਲੇ ਨੂੰ ਵੀ ਅਕਲ ਨਹੀਂ ਆਈ, ਉਹ ਵੀ ਹੱਥ ਨੇ ਕਹਿੰਦਾ ਪੁੱਤ ਨੂੰ, ਉਹ ਐਂ ਨਹੀਂ ਕਹਿੰਦਾ ਵੀ ਰਹਿ ਰਸਬ ਦਾ ਪਾਠ ਦਾ ਟਾਈਮ ਹੋ, ਕਹਿੰਦਾ ਨਾ ਪੈਗ ਲਾਉਣ ਦਾ ਟਾਈਮ ਹੋ ਗਿਆ, ਲੈ ਉਹਨੂੰ ਅਕਲ ਹੈ ਕੋਈ, ਉਹਨੂੰ ਮੱਤ ਹੈ, ਹੁਣ ਉਹਨੂੰ ਕੀ ਕਰਾਂਗੇ, ਉਹਨੂੰ ਕਿਵੇਂ ਸਮਝਾਵਾਂਗੇ ਜੀ ਦੱਸੋ, ਫਿਰ ਆਹ ਵਿਗੜਿਆ ਕੌਣ ਆ ਜੀ, ਅਸੀਂ ਵਿਗੜ, ਆਪਦੀ ਗੱਲ ਸੁਣਨ ਨੂੰ ਤਿਆਰ ਨਹੀਂ, ਮੁੰਡੇ ਵਿਗੜ ਗਏ ਵੀ ਜਿਹੜੇ ਬੁੜੇ ਵਿਗੜ ਗਏ ਉਹਨਾਂ ਦਾ ਕੀ ਕਰੀਏ, ਉਹਦਾ ਸੁਧਰ, ਮੁੰਡੇ ਦਾ ਸੁਧਰ ਜਾਣਗੇ, ਉਹਨਾਂ ਦਾ ਸਮਝਾ ਲਾਂਗੇ ਪਿਆਰ ਨਾਲ, ਵੀ ਤੁਸੀਂ ਵਿਗੜੇ ਬੈਠੇ, ਤੁਸੀਂ ਆਪਣੇ ਆਪ ਨੂੰ ਸੁਧਰ ਨੂੰ ਤਿਆਰ ਨਹੀਂ, ਅਸੀਂ ਆਪਦਾ ਸਿਸਟਮ ਕਦੋਂ ਸੁਧਾਰਾਂਗੇ ਜੀ। ਮਾਤਾ ਗੁਜ਼ਰ ਕੌਰ ਵਾਲੀ ਜ਼ਿੰਮੇਵਾਰੀ ਸਾਨੂੰ ਘਰਾਂ 'ਚ ਨਿਭਾਉਣੀ ਪਊਗੀ, ਦੁੱਖ ਆ ਜੀ ਸਾਨੂੰ, ਅੱਜ ਅਸੀਂ ਆਪਦੇ ਬੱਚਿਆਂ ਨੂੰ ਸਿਖਾਇਆ ਕੀ ਹੈ, ਸਾਡੇ ਬੱਚਿਆਂ ਨੂੰ ਆਉਂਦਾ ਕੀ ਹੈ, ਮਾਂ ਦੱਸੇ ਤਾਂ ਹੀ ਆ ਜੇ ਮਾਂ ਨੂੰ ਆਉਂਦਾ ਹੋਵੇ, ਦਾਦਾ ਦੱਸੇ ਤਾਂ ਜੇ ਦਾਦੇ ਨੂੰ ਆਉਂਦਾ ਹੋਵੇ, ਪਿਓ ਦੱਸੇ ਤਾਂ ਜੇ ਪਿਓ ਨੂੰ ਆਉਂਦਾ ਹੋਵੇ, ਕੀ ਸਿੱਖਿਆ ਜੀ ਅਸੀਂ ਬੱਚਿਆਂ ਨੂੰ। ਖਿਮਾ ਕਰਿਓ, ਦੁੱਖ ਇਸ ਗੱਲ ਦਾ, ਇੱਕ ਬੇਨਤੀ ਕਰਾਂ, ਅੱਜ ਨਾ ਸਾਡੇ ਬੱਚਿਆਂ ਨੂੰ ਅਸੀਂ ਜਿੱਥੇ ਆਪ ਧਰਮ ਨੂੰ ਤੋੜ ਲਿਆ, ਅੱਜ ਕੱਲ੍ਹ ਸਕੂਲਾਂ ਵਿੱਚ ਵੀ ਜ਼ਹਿਰ ਦਿੱਤਾ ਜਾ ਰਿਹਾ ਸਾਡੇ ਬੱਚਿਆਂ ਨੂੰ, ਕੋਈ ਬਿਰਲਾ ਸਕੂਲ ਹੋਊਗਾ ਜਿਹੜੀ ਕੋਈ ਚੱਜ ਦੀ ਗੱਲ ਕਰਦਾ ਹੋਊ, ਨਹੀਂ ਖਿਮਾ ਕਰਿਓ, ਸਕੂਲਾਂ ਰਾਹੀਂ ਵੀ ਅੱਜ ਸਾਡੇ ਬੱਚਿਆਂ ਨੂੰ ਜ਼ਹਿਰ ਦਿੱਤਾ ਜਾ ਰਿਹਾ। ਦੁੱਖ ਹੁੰਦਾ ਕੋਈ ਮਾਂ ਬੜੇ ਚਾਅ ਨਾਲ ਦੱਸਦੀ ਹੈ, ਉਹਦੀ ਧੀ 5 ਸਾਲਾਂ ਦੀ ਹੈ, 5 ਸਾਲਾਂ ਦੀ ਧੀ ਘਰੇ ਆ ਸਾਡੇ ਵਿਹੜੇ 'ਚ, ਅਤੇ ਮਾਂ ਬੜੇ ਚਾਅ ਨਾਲ ਦੱਸਦੀ ਹੈ ਗੁਆਂਢਣ ਨੂੰ, ਮਾਂ ਬੜੇ ਚਾਅ ਨਾਲ ਦੱਸਦੀ ਹੈ ਰਿਸ਼ਤੇਦਾਰਾਂ ਨੂੰ, ਲੈ ਮੇਰੀ ਧੀ 5 ਸਾਲਾਂ ਦੀ ਹੈ, ਇਹਨੂੰ ਹਲੇ 2 ਸਾਲ ਹੋਏ ਸਕੂਲ ਜਾਣ ਲੱਗੀ ਨੂੰ, ਇਹ ਫਲਾਨੇ ਸਕੂਲ 'ਚ ਪੜ੍ਹਦੀ ਹੈ, 3 ਸਾਲਾਂ ਦੀ ਸਕੂਲ 'ਚ ਲਾਈ ਸੀ ਅਤੇ 5 ਸਾਲਾਂ ਦੀ ਹੋਈ ਹੈ, 2 ਸਾਲ ਹੋਏ ਸਕੂਲ 'ਚ ਜਾਂਦੀ ਨੂੰ, ਸੁਣਿਓ ਧਿਆਨ ਨਾਲ ਹਾਲ ਸਾਡਾ ਕੀ ਹੈ, ਇਹ 2 ਸਾਲ ਹੋਏ ਇਹਨੂੰ ਸਕੂਲ ਜਾਂਦੀ ਨੂੰ, ਇਹ ਤਾਂ ਬੜਾ ਸੋਹਣਾ ਡਾਂਸ ਕਰਨ ਨੂੰ ਸਿੱਖ ਗਈ, ਮਾਂ ਕਹਿੰਦੀ ਆ ਜੀ, ਮਾਂ ਕਹਿੰਦੀ ਗੁਆਂਢਣਾਂ ਨੂੰ ਦੱਸਦੀ ਹੈ, ਆਪਦੇ ਰਿਸ਼ਤੇਦਾਰਾਂ ਨੂੰ ਦੱਸਦੀ ਹੈ ਵੀ ਆਹ ਮੇਰੀ ਧੀ 5 ਸਾਲਾਂ ਦੀ ਹੈ, ਬਹੁਤ ਸੋਹਣਾ ਡਾਂਸ ਕਰਨ ਲੱਗ ਗਈ, ਵੀ ਮੈਂ ਤਾਂ ਸਿੱਧੀ ਜੀ ਗੱਲ ਕਹਿਣਾ ਹੁੰਦਾ, ਇਹ ਮੇਰੀ ਮਾਂ ਹੈ, ਮੇਰੀ ਭੈਣ, ਤੇਰੀ ਵੱਡੀ ਜਾਵੇ ਜੀਵ ਜਿਹੜੀ ਜੀਵਨ ਤੋਂ ਆਹ ਗੱਲ ਕਹੀ ਹੈ, ਵੀ ਲਾਣ ਤਾਂ ਸਾਡੇ 'ਤੇ ਗੱਲ, ਇਹਦੇ ਅਰਥ ਦੇਖੋ ਕੀ ਬਣਦੇ ਹੈ, ਸਾਡੀ 5 ਸਾਲ ਦੀ ਧੀ ਸਕੂਲ ਵਾਲੇ ਨੇ ਨੱਚਣ ਲਾਤੀ, ਸਤਿਗੁਰੂ ਨੇ ਮੈਨੂੰ ਧੀ ਦੀ ਦਾਤ ਦਿੱਤੀ ਹੈ, 4 ਸਾਲ ਦੀ ਧੀ ਹੈ, ਮੁਟਿਆਰ ਭੈਣ ਹੈ ਮੇਰੇ ਘਰੇ, ਮੈਂ ਕਿਸੇ ਡੇਰੇ ਦਾ ਸਾਧ ਨਹੀਂ, ਕਬੀਲਦਾਰ ਬੰਦਾ, ਮੈਂ ਇੱਕ ਦਰਦ 'ਚ ਬੇਨਤੀ ਕਰ ਰਿਹਾ, ਹਾਲ ਵੇਖੋ ਸਾਡਾ ਕੀ ਹੋ ਗਿਆ, ਸਾਡੀਆਂ 5-5 ਸਾਲ ਦੀਆਂ ਧੀਆਂ ਨੱਚਣ ਲਾਤੀਆਂ, ਕੀ ਕੋਈ ਮਾਂ ਚਾਹੁੰਦੀ ਹੈ ਵੀ ਉਹਦੀ ਧੀ ਵੱਡੀ ਹੋ ਕੇ ਆਰਕੈਸਟਰਾ ਬਣੇ, ਕੀ ਕੋਈ ਬਾਪ ਚਾਹੁੰਦਾ ਵੀ ਮੇਰੀ ਧੀ ਵੱਡੀ ਹੋ ਕੇ ਨਚਾਰ ਬਣੇ, ਕੀ ਕੋਈ ਭਰਾ ਚਾਹੁੰਦਾ ਵੀ ਸਾਡੀ ਧੀ ਵੱਡੀ ਹੋ ਕੇ ਸਟੇਜਾਂ 'ਤੇ ਨੱਚੇ, ਆਹ ਸਿਖਾਉਣ ਭੇਜਦੇ ਅਸੀਂ ਸਕੂਲਾਂ 'ਚ, ਅਸੀਂ ਆਪਦੇ ਬੱਚੇ ਨਚਾਰ ਬਣਾਵਾਂਗੇ, ਕੱਲ੍ਹ ਨੂੰ ਸਾਡੀਆਂ ਧੀਆਂ ਵੱਡੀਆਂ ਹੋ ਕੇ ਡਾਂਸ ਕਰਿਆ ਕਰਨਗੀਆਂ ਲੋਕਾਂ ਸਾਹਮਣੇ, ਅਤੇ ਸਾਡੀਆਂ ਧੀਆਂ ਸਾਡੀ ਪੱਗ ਨੂੰ ਉੱਚਾ ਕਰਨਗੀਆਂ, ਸਾਡੇ ਮਾਂ ਪਿਓ ਨੂੰ, ਤੁਹਾਡੇ ਤੋਂ ਜਿਹੜੀਆਂ ਧੀਆਂ ਨੇ ਦੁੱਧ ਚੁੰਘਿਆ ਤੁਹਾਡੇ ਦੁੱਧ ਨੂੰ ਲਾਜ ਨਾ ਲਾ ਦੇਣ, ਉਹ ਸੋਚ ਕੇ ਵੇਖੋ ਇਹ ਗੱਲਾਂ ਦੇ ਅਰਥ ਕਿੱਧਰ ਜਾਂਦੇ ਆ, ਕੀ ਜ਼ਹਿਰ ਦਿੱਤਾ ਜਾ ਰਿਹਾ ਸਕੂਲਾਂ ਸਾਡੇ ਬੱਚਿਆਂ ਨੂੰ, ਵਿਦਾਇਗੀ ਪਾਰਟੀਆਂ ਦੇ ਨਾਂ 'ਤੇ, ਫੇਅਰਵੈਲ ਪਾਰਟੀਆਂ ਦੇ ਨਾਂ 'ਤੇ ਸਕੂਲਾਂ ਵਿੱਚ ਡੀਜੇ ਚੱਲਦੇ ਆ, ਸਾਡੀਆਂ ਟੀਨੇਜਰ ਬੱਚੀਆਂ 16-16, 17-17 ਸਾਲਾਂ ਦੀਆਂ ਸਾਡੀਆਂ ਭੈਣਾਂ, ਸਾਡੀਆਂ ਭਤੀਜੀਆਂ, ਸਾਡੀਆਂ ਦੋਹਤੀਆਂ ਕੋ ਐਜੂਕੇਸ਼ਨ ਵਾਲੇ ਸਕੂਲਾਂ ਵਿੱਚ ਉੱਥੇ 500 ਮੁੰਡੇ ਦੇ ਸਾਹਮਣੇ ਨੱਚ ਕੇ ਮੁੜੇ ਆਉਂਦੀਆਂ, ਸਾਨੂੰ ਉੱਪਰ ਘਰੇ ਬੈਠੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਕਿੱਧਰ ਗਈਆਂ ਜੀ, ਸਾਡੀਆਂ ਅਣਖਾਂ ਸਕੂਲਾਂ 'ਚ, ਸਾਡੀਆਂ ਮੁਟਿਆਰ ਭੈਣਾਂ ਮਾਸਟਰਾਂ ਸਾਹਮਣੇ ਨੱਚੀਆਂ ਜਾਂਦੀਆਂ, ਸਾਨੂੰ ਪਤਾ ਹੀ ਨਹੀਂ ਸਾਡੇ ਸਕੂਲਾਂ 'ਚ ਕੀ ਹੋ ਜਾਂਦਾ, ਕਦੇ ਪੁੱਛਿਆ ਸਾਡੀ ਧੀ ਘਰੋਂ ਤਿਆਰ ਹੋ ਕੇ ਗਈ, ਉਹਦੀ ਬਾਂਹ ਫੜ ਕੇ ਪੁੱਛਿਆ ਵੀ ਪੁੱਤ ਕਿੱਥੇ ਚੱਲੀ ਹੈ, ਧੀ ਨੇ ਕਹਿਣਾ ਮੈਂ ਸਕੂਲ ਚੱਲੀ ਹੈ,
ਤੇ ਬਾਹ ਫੜ ਕੇ ਪੁੱਛੋ ਪੁੱਤ ਤਿਆਰ ਤਾਂ ਤੂੰ ਐਂ ਹੋਈਆਂ ਜਿਵੇਂ ਵਿਆਹ ਚੱਲੀ ਹੋਣੀ ਆ ਸਕੂਲ ਵਾਲੇ, ਤੇਰੀ ਡਰੈਸ ਨਹੀਂ ਹੈਗੀ, ਇਹ ਕਿਉਂ ਪਾਈ ਹੈ? ਧੀ ਨੇ ਕਹਿਣਾ ਸਾਡੇ ਸਕੂਲ 'ਚ ਅੱਜ ਪਾਰਟੀ ਹੈ, ਤੇ ਘੂਰ ਕੇ ਬਿਠਾਵਾ ਉਹਦੀ ਧੀ ਨੂੰ, ਘਰੇ ਅੱਗ ਲੱਗੇ ਹੈ ਜੀ, ਪਾਰਟੀ ਨੂੰ ਅੱਗ ਲੱਗੇ ਹੈ ਜੀ, ਪੜ੍ਹਾਈ ਨੂੰ, ਜਾ ਕੇ ਉਹਨਾਂ ਟੀਚਰਾਂ ਨਾਲ ਗੱਲ ਕਰੋ ਵੀ ਅਸੀਂ ਇੱਥੇ ਸਾਡੇ ਬੱਚਿਆਂ ਦੀ ਸ਼ਖਸੀਅਤ ਡਿਵੈਲਪ ਹੋਵੇ, ਚੰਗੀ ਵਿਚਾਰ ਦਿਓ, ਅਸੀਂ ਤਾਂ ਸਕੂਲਾਂ ਵਿੱਚ ਭੇਜਦੇ ਹਾਂ। ਇਹ ਇਹ ਕਿਹੜੀ ਆ ਕਮਾਲ ਆ ਜੀ, ਇਹ ਕੀ ਸਿਸਟਮ ਹੈ, ਇਹ ਕਿਹੜਾ ਸੱਭਿਆਚਾਰ ਹੈ? ਸਾਡੀਆਂ ਧੀਆਂ ਸਾਡੀਆਂ ਬੱਚੀਆਂ ਨਚਾਰ ਬਣਾ ਦਿੱਤੀਆਂ, ਇਹ ਗੱਲਾਂ ਕੋਈ ਹੈ? ਇਹ ਕਿੱਥੋਂ ਕਿੱਥੋਂ, ਇਹ ਕਿਹੜਾ ਸੱਭਿਆਚਾਰ ਹੈ ਜੀ ਸਾਡਾ? ਸੋਚ ਕੇ ਵੇਖੋ ਨੀ, ਹੱਥਾਂ ਦੀਆਂ ਦਿੱਤੀਆਂ ਗੰਢਾਂ ਮੂੰਹਾਂ ਨਾਲ ਵੀ ਨਹੀਂ ਖੁੱਲਣੀਆਂ। ਇਹ ਗੱਲਾਂ ਜਿਹਾ ਵੀ ਜੈਸਾ ਬੀਜਿਆ ਸੋ ਲਾਉਣਾ, ਕਰਮਾਂ ਸੰਦੜਾ ਖੇਤ, ਜਿਹੜਾ ਅੱਜ ਅਸੀਂ ਬੀਜ ਰਹੇ ਹਾਂ ਕੀ ਕਰਾਂਗੇ ਜੀ? ਅਸੀਂ ਇੱਕੋ ਗੱਲ 'ਚ ਗੱਲ ਨਿਬੇੜਾ, ਮੈਂ ਇਤਿਹਾਸ ਵਾਲਾ ਪੱਖ ਪੂਰਾ ਕਰਾਂ, ਕੀ ਕਰਾਂਗੇ ਅਸੀਂ ਕੋਠੀਆਂ ਪਾ ਕੇ, ਕੀ ਕਰਾਂਗੇ ਅਸੀਂ ਜ਼ਮੀਨਾਂ ਬਣਾ ਕੇ, ਕੀ ਕਰਾਂਗੇ ਅਸੀਂ ਗੱਡੀਆਂ ਬਣਾ ਕੇ? ਜਿਨ੍ਹਾਂ ਖਾਤਰ ਕੋਠੀਆਂ ਪਾ ਰਹੇ ਹਾਂ, ਜਿਨ੍ਹਾਂ ਖਾਤਰ ਜ਼ਮੀਨਾਂ ਬਣਾ ਰਹੇ ਹਾਂ, ਜਿਨ੍ਹਾਂ ਖਾਤਰ ਗੱਡੀਆਂ ਲੈ ਰਹੇ ਹਾਂ, ਉਹ ਜਿੰਨੇ ਜਿਹੜੀ ਔਲਾਦ ਖਾਤਰ ਕੋਠੀਆਂ ਪਾ ਰਹੇ ਨਾ, ਉਹ ਔਲਾਦ ਘਰਾਂ 'ਚੋਂ ਭੱਜਣ ਨੂੰ ਤਿਆਰ ਹੋਈ ਬੈਠੀ ਆ। ਹਾਲ ਆ ਬਹੁਤੇ ਲੋਕਾਂ ਦਾ, ਸਾਡਾ ਪ੍ਰਚਾਰ ਦਾ ਫੀਲਡ ਆ, ਸਾਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਆ। ਕਿਹੜੇ ਪਾਸੇ ਚਲੇ ਗਏ ਜੀ? ਸਾਡਾ ਜਲੂਸ ਨਿਕਲਣ ਲੱਗਿਆ ਪਿਆ। ਅਸੀਂ ਗੁਰੂ ਗਿਆਨ ਨੂੰ ਟੁੱਟ ਕੇ, ਸਾਡੇ ਘਰਾਂ 'ਚੋਂ ਸਿੱਖੀ ਖਤਮ ਹੋ ਗਈ, ਸਾਹਿਬਜ਼ਾਦਿਆਂ ਦੇ ਵਾਰਸ ਅੱਜ ਸਟੇਜਾਂ 'ਤੇ ਖੜਖੜ ਚੁਟਕੀਆਂ ਵਜਾਉਂਦੇ ਆ। ਕਿਹੜੇ ਪਾਸੇ ਚਲੇ ਗਈ ਜੀ ਸਿਸਟਮ? ਸਾਡੇ ਸਾਡੇ ਘਰਾਂ 'ਚੋਂ ਗਾਇਬ ਹੋਈ ਜੀ ਸਿੱਖੀ। ਮਾਤਾ ਗੁਜਰ ਕੌਰ ਵਾਲਾ ਫਰਜ਼ ਨਿਭਾਉਣ ਨੂੰ ਕੋਈ ਹੈ ਮਾਂ ਤਿਆਰ? ਕੋਈ ਹੈ ਭੈਣ ਤਿਆਰ? ਤੇ ਜੇ ਨਾ ਅਸੀਂ ਇਹ ਫਰਜ਼ ਨਿਭਾਏ ਤੇ ਸਾਨੂੰ ਵੇਖਿਓ ਅੱਖਾਂ 'ਚ ਘਸੋਣ ਦੇ ਰੋਣਾ ਪਊ ਸਾਨੂੰ। ਫਿਰ ਕਹਿੰਦੇ ਸਾਡੀ ਔਲਾਦ ਨੇ ਸਾਨੂੰ ਚੜ ਜੀ ਆ ਬੇਇੱਜ਼ਤੀ ਕਰਾਤੀ, ਸਾਡੀ ਪੱਗ ਰੋਲਤੀ, ਵੀ ਅਸੀਂ ਉਹਨਾਂ ਨੂੰ ਸਿਖਾਇਆ ਵੀ ਕੀ ਹੈ? ਉਹਨਾਂ ਨੂੰ ਅਸੀਂ ਆਪਣਾ ਬਣਦਾ ਫਰਜ਼ ਤਾਂ ਨਿਭਾਈਏ ਨਾ, ਬੱਚਿਆਂ ਲਈ ਟਾਈਮ ਕੱਢ ਕੇ ਅਸੀਂ ਆਪਦੀ ਧੀ ਨੂੰ ਦੱਸੀਏ ਵੀ ਮੇਰੀ ਧੀ ਪੜ੍ਹਨਾ ਮੁਬਾਰਕ ਹੈ, ਤੇਰੀਆਂ ਫੀਸਾਂ ਅਸੀਂ ਭਰਾਂਗੇ, ਪਰ ਧੀ ਨੂੰ ਦੱਸੋ ਧੀ ਮੇਰਗੇ ਜਦੋਂ ਤੂੰ ਘਰੋਂ ਜਾਂਦੀ ਆ ਨਾ ਕਾਲਜ ਨੂੰ, ਸਕੂਲ ਨੂੰ ਜਾਂਦੀ ਆ, ਤੂੰ ਇਕੱਲੀ ਨਹੀਂ ਜਾਂਦੀ, ਤੇਰੇ ਨਾਲ ਤੇਰੇ ਦਾਦੇ ਦੀ ਤੇਰੇ ਪਿਓ ਦੀ ਪੱਗ ਵੀ ਜਾਂਦੀ ਹੈ। ਇਹ ਦੱਸੀਏ ਆਪਾਂ ਆਪਣੀ ਧੀ ਨੂੰ ਵੀ ਮੇਰੀ ਧੀ ਤੂੰ ਇਕੱਲੀ ਨਹੀਂ ਜਾਂਦੀ, ਤੇਰੇ ਨਾਲ ਤੇਰੀ ਮਾਂ ਦੀ ਮਮਤਾ ਵੀ ਹੈ, ਤੇਰੇ ਨਾਲ ਤੇਰੇ ਭਰਾ ਦੀ ਅਣਖ ਵੀ ਹੈ, ਤੇਰੀ ਇੱਕ ਛੋਟੀ ਜੀ ਗਲਤੀ ਨੇ ਪੂਰੇ ਪਰਿਵਾਰ ਨੂੰ ਲੋਥ ਬਣਾ ਕੇ ਰੱਖ ਦੇਣਾ। ਧੀ ਮੇਰੀ, ਅਸੀਂ ਬਾਹਰ ਨਿਕਲਣ ਜੋਗੇ ਨਹੀਂ ਰਹਿਣੇ, ਇਹ ਗੱਲਾਂ ਸਾਨੂੰ ਆਪਣੀ ਧੀ ਨੂੰ ਸਿਖਾਉਣੀਆਂ ਪੈਣਗੀਆਂ, ਇਹ ਗੱਲਾਂ ਸਾਨੂੰ ਆਪਣੀਆਂ ਪੋਤੀਆਂ ਦੋਤੀਆਂ ਨੂੰ ਦੱਸਣੀਆਂ ਪੈਣਗੀਆਂ ਵੀ ਇੱਜ਼ਤ ਦਾ ਕੀ ਮੁੱਲ ਹੁੰਦਾ ਹੈ, ਇਹ ਗੱਲਾਂ ਸਾਨੂੰ ਦੱਸਣੀਆਂ ਪੈਣਗੀਆਂ। ਭੈਣਾਂ ਆਪਦੇ ਭਰਾਵਾਂ ਨੂੰ ਦੱਸਣ ਵੀ ਨੌਜਵਾਨ ਭਰਾ, ਜਦੋਂ ਤੂੰ ਘਰ ਬੰਦਾ ਬਣ ਕੇ ਵਿਚਰੀ ਦੁਨੀਆਂ 'ਚ, ਕਿਸੇ ਦੀ ਧੀ ਭੈਣ ਵੱਲ ਮਾੜੀ ਅੱਖ ਨਾਲ ਨਾ ਵੇਖੀ। ਜੇ ਕਿਸੇ ਦੀ ਧੀ ਵੱਲ ਤੂੰ ਮਾੜੀ ਅੱਖ ਨਾਲ ਵੇਖੇਗਾ, ਕਿਸੇ ਦੀ ਭੈਣ ਵੱਲ ਤੂੰ ਮਾੜੀ ਅੱਖ ਨਾਲ ਵੇਖੇਗਾ, ਤੇ ਦੁਨੀਆਂ ਦੇ ਲੋਕ ਮੇਰੇ ਵੱਲ ਵੀ ਵੇਖਣਗੇ। ਇਹ ਭੈਣਾਂ ਆਪਦੇ ਭਰਾਵਾਂ ਨੂੰ ਗੱਲਾਂ ਦੱਸਣ, ਫਿਰ ਦਿਮਾਗ ਟਕਾਣੇ ਆਊ, ਨਹੀਂ ਤਾਂ ਤੁਹਾਨੂੰ ਪਤਾ ਕੀ ਹਾਲ ਬਣਿਆ ਪਿਆ ਸਿਸਟਮ। ਇਹ ਕਿਉਂ ਬਣ ਗਿਆ? ਵੀ ਅਸੀਂ ਆਪਣੇ ਬੱਚਿਆਂ ਨੂੰ ਗਰਾਊਂਡ ਲੈਵਲ 'ਤੇ ਕੁਛ ਦਿੱਤਾ ਨਹੀਂ ਹੈ, ਸਿੱਖਿਆ ਦੇਈਏ ਚੰਗੀ, ਜਿਹੜੀ ਮਾਤਾ ਗੁਜਰ ਕੌਰ ਠੰਡੇ ਬੁਰਜ ਵਿੱਚ ਸਿੱਖਿਆ ਦੇ ਰਹੀ ਹੈ, ਬਾਣੀ ਦੀ ਵਿਚਾਰ ਸਮਝਾਈ, ਇਤਿਹਾਸ ਦੀਆਂ ਸਾਖੀਆਂ।